ਇਹ ਨੌਜਵਾਨ ਹੈ ਸ਼ੁਭਮ ਵਧਵਾ। ਇੱਕ ਸੜਕ ਹਾਦਸਾ ਹੋਇਆ ਅਤੇ ਸ਼ੁਭਮ ਖੁਦ ਚੱਲਣ ਫਿਰਨ ਵਿੱਚ ਅਸਮਰਥ ਹੋ ਗਿਆ, ਪਰ ਹੌਸਲਾ ਹੋਵੇ ਤਾਂ ਉਡਾਨ ਭਰਨ ਤੋਂ ਕੋਈ ਨਹੀਂ ਰੋਕ ਸਕਦਾ। ਪੂਰੇ ਜਜ਼ਬੇ ਨਾਲ ਸ਼ੁਭਮ ਨੇ ਟੇਬਲ ਟੈਨਿਸ ਖੇਡਣਾ ਸ਼ੁਰੂ ਕੀਤਾ। ਹੁਣ ਤੱਕ 6 ਵਾਰ ਭਾਰਤ ਦਾ ਚੈਂਪੀਅਨ ਰਹਿ ਚੁੱਕਾ। ਹਾਲ ਹੀ ਵਿੱਚ ਸ਼ੁਭਮ ਨੇ ਖੇਲੋ ਇੰਡੀਆ ਪੈਰਾ ਗੇਮਸ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਦੇ ਹੋਏ 7ਵਾਂ ਸੋਨ ਤਗਮਾ ਵੀ ਜਿੱਤਿਆ। ਪਰਿਵਾਰ ਅਤੇ ਦੋਸਤਾਂ ਦੀ ਮਦਦ ਨਾਲ ਸ਼ੁਭਮ ਸਫਲਤਾ ਦੀਆਂ ਪੌੜੀਆਂ ਤਾਂ ਪਾਰ ਕਰ ਰਿਹਾ ਹੈ, ਪਰ ਪੰਜਾਬ ਸਰਕਾਰ ਨਾਲ ਜ਼ਰੂਰ ਨਾਰਾਜ਼ਗੀ ਜਤਾਈ। ਪੰਜਾਬ ਸਰਕਾਰ ਵੱਲੋਂ ਉਸ ਦੀਆਂ ਪ੍ਰਾਪਤੀਆਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ, ਤਾਂ ਸ਼ੁਭਮ ਅਤੇ ਉਸ ਦੇ ਪਰਿਵਾਰ ਨੇ ਸੂਬਾ ਬਦਲਣ ਤੱਕ ਵੀ ਸੋਚਣਾ ਸ਼ੁਰੂ ਕਰ ਦਿੱਤਾ ਹੈ। ਆਖਿਰ ਕਿਉਂ, ਸੁਣੋ ਸ਼ੁਭਮ ਵਧਵਾ ਕੋਲੋਂ। ਮੇਰਾ ਨਾਮ ਸ਼ੁਭਮ ਵਧਵਾ, ਮੈਂ ਪੈਰਾਡੇਬਲ ਦੇ ਇੰਟਰਨੈਸ਼ਨਲ ਫੇਅਰ ਨੈਸ਼ਨਲ ਚੈਂਪੀਅਨ ਸਰ। ਮਤਲਬ ਖੇਲੋ ਇੰਡੀਆ ਗੇਮ ਸਰ 10 ਦਸੰਬਰ ਸਟਾਰਟ ਹੋਈਆਂ ਸੀਗੀਆਂ, ਮੈਂ ਉਹਦੀ ਸਿਲੈਕਟ ਹੋਈ ਸੀ। ਟੋਪ 8 ਇੰਡੀਆ ਦੇ ਹੈਗੇ, ਉਹਨਾਂ ਦੀ ਸਿਲੈਕਸ਼ਨ ਹੋਈ ਸੀਗੀ। ਮਤਲਬ ਖੇਲੋ ਇੰਡੀਆ ਪੈਰਾ ਗੇਮ ਸਰ ਦਿੱਲੀ ਸਰ ਹੋਈ ਸੀਗੀ, ਮਤਲਬ ਮੈਂ ਉੱਥੇ ਪਾਰਟੀਸਪੇਟ ਕੀਤਾ ਸੀ। ਉਹ 'ਚ ਮੇਰਾ ਸਰ ਗੋਲਡ ਮੈਡਲ ਆਇਆ ਸੀ, ਸਾਰੇ ਸਟੇਟਸ ਤੋਂ ਆਏ ਸੀਗੇ। ਮਤਲਬ ਖੇਲੋ ਇੰਡੀਆ ਪੈਰਾ ਗੇਮ ਪਹਿਲੀ ਵਾਰੀ ਹੋ ਰਹੀ ਸੀਗੀ, ਮਤਲਬ ਅੱਗੇ ਕਦੇ ਨਹੀਂ ਹੋਈ ਹੈਗੀ, ਇਹ ਫਸਟ ਐਡੀਸ਼ਨ ਸੀਗਾ। ਮਤਲਬ ਗੌਰਮੈਂਟ ਨੇ ਬਹੁਤ ਵੱਡਾ ਸਾਈਨ ਹੈ, ਮਤਲਬ ਕਿ ਸਟੈਪ ਚੱਕ ਹੈਗੀ ਪੈਰਾ ਗੇਮ ਨੂੰ ਪ੍ਰਮੋਟ ਕਰਨ ਲਈ। ਫਾਈਨਲ ਮੈਚ ਸਰ ਮੈਂ ਰਾਜਸਥਾਨ ਨਾਲ ਹੋਇਆ ਸੀਗਾ, ਹਾਂਜੀ ਸਰ। ਉਹਦੇ ਨਾਲ ਮੈਂ 3-0 ਜਿੱਤਿਆ ਸੀਗਾ। ਮਤਲਬ ਮੈਂ ਮਤਲਬ ਅੱਜ ਤੱਕ ਨੈਸ਼ਨਲ ਇੱਕ ਗੇਮ ਵੀ ਨਹੀਂ ਆ ਰਿਹਾ ਹੈਗਾ। ਮਤਲਬ ਮੈਂ 6 ਟਾਈਮ ਇੰਡੀਆ ਚੈਂਪੀਅਨ ਮੰਨ ਚੁੱਕਾ, ਮਤਲਬ ਫਸਟ ਐਡੀਸ਼ਨ ਸੀਗਾ ਖੇਲੋ ਇੰਡੀਆ ਦਾ, ਇਹ 'ਚ ਮੈਂ ਗੋਲਡ ਮੈਡਲ ਲੈ ਕੇ ਆਇਆ। ਫਿਰ ਮਤਲਬ ਆਪਣਾ ਸਟ੍ਰੀਕ ਜੋ ਰੱਖੀ ਟੁੱਟਣ ਦਿੱਤੀ ਪੰਜਾਬ 'ਚ, ਫਿਰ ਗੋਲਡ ਮੈਡਲ ਲੈ ਕੇ ਆਇਆ। ਪੈਰਾ ਗੇਮ 'ਚ ਰਾਜਸਥਾਨ 'ਚ ਪੋਲਸੀ ਹੈ ਜੋ ਮਤਲਬ ਖੇਲੋ ਇੰਡੀਆ ਪੈਰਾ ਗੇਮ ਜਿਹਦਾ ਗੋਲਡ ਮੈਡਲ ਆਏਗਾ ਉਹਨੂੰ ਰਾਜਸਥਾਨ ਦੀ ਗੌਰਮੈਂਟ ਨੂੰ ਗੌਰਮੈਂਟ ਜੋਬ ਦੇਵੇਗੀ। ਉਹਨਾਂ ਦੇ ਸਰ ਕੈਸ਼ ਪ੍ਰਾਈਜ਼ ਹੈਗੇ ਉਹਨਾਂ ਦੇ, ਮਤਲਬ ਜਿਵੇਂ ਗੋਲਡ ਮੈਡਲ ਦਾ 3 ਲੱਖ, 5 ਲੱਖ, ਸਭ ਕੁਛ। ਮਤਲਬ ਮੈਂ 4 ਸਾਲ 'ਚ ਮਤਲਬ ਇੰਡੀਆ ਚੈਂਪੀਅਨ ਬਣਿਆ, 6 ਵਾਰ ਇੰਡੀਆ ਚੈਂਪੀਅਨ ਬਣ ਚੁੱਕਾ। ਮਤਲਬ ਆਪਣੀ ਗੌਰਮੈਂਟ ਸਰ ਕੋਈ ਪੋਲਸੀ ਨਹੀਂ ਹੈਗੀ, ਮੈਨੂੰ ਨਾ ਕੋਈ ਗੌਰਮੈਂਟ ਜੋਬ ਮਿਲੀ ਆ, ਨਾ ਅੱਜ ਤੱਕ ਕੋਈ ਸਪੋਰਟ ਮਿਲੀ ਆ। ਮਤਲਬ ਮੇਰੇ ਇੰਟਰਨੈਸ਼ਨਲ, ਮੈਂ ਇਕੱਲਾ ਪਲੇਅਰ ਹੀ ਇੰਡੀਆ ਦਾ ਜਿਹੜਾ, ਮਤਲਬ ਕਿ ਇੰਟਰਨੈਸ਼ਨਲ ਦੇ ਇਸ ਸਾਲ ਮਤਲਬ 3 ਇੰਟਰਨੈਸ਼ਨਲ ਮੈਡਲ ਵੀ ਲੈ ਕੇ ਆਇਆ। ਮੈਂ ਨੈਸ਼ਨਲ ਚੈਂਪੀਅਨ ਵੀ ਬਣਿਆ, ਉਹ ਤੋਂ ਬਾਅਦ ਪੈਰਾ ਨੈਸ਼ਨਲ ਰੈਂਕਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਲੈ ਕੇ ਆਇਆ। ਹੁਣ ਖੇਲੋ ਇੰਡੀਆ ਪੈਰਾ ਗੇਮਸ ਹੋਈ ਆ, ਇਹ ਸਭ ਤੋਂ ਵੱਡਾ ਐਡੀਸ਼ਨ ਸੀਗਾ, ਇਸ ਸਾਈ ਨੇ ਕਰਾਇਆ ਸਪੈਸ਼ਲ। ਮਤਲਬ ਉਹ 'ਚ ਮੇਰਾ ਗੋਲਡ ਮੈਡਲ ਆਇਆ, ਤਾਂ ਮੈਂ ਕਦੇ ਇੱਕ ਸੈੱਟ ਵੀ ਨਹੀਂ ਆ ਰਿਹਾ। ਮਤਲਬ ਮੈਨੂੰ ਤਾਂ ਵੀ ਕੋਈ ਪੰਜਾਬ ਗੌਰਮੈਂਟ ਵੱਲੋਂ ਸਪੋਰਟ ਨਹੀਂ ਮਿਲ ਰਹੀ। ਮਤਲਬ ਸਾਰੇ ਮਤਲਬ ਸਟੇਟ ਦੇ ਪਲੇਅਰ ਮਤਲਬ ਮੈਨੂੰ ਅਪਲੋਡ ਕਰਦੇ, ਮਤਲਬ ਇੰਨਾ ਵੱਡੇ ਵਧੀਆ ਟੈਲੈਂਟ ਹੋ ਗਏ, ਸਪੋਰਟ ਨਹੀਂ ਮਿਲੇ ਮੈਨੂੰ। ਕਾਫੀ ਮਤਲਬ ਆਫਰ ਆਉਂਦੀ ਕਿ ਸਾਡੇ ਸਟੇਟ ਵੱਲੋਂ ਖੇਲ, ਪਰ ਮੈਂ ਮਤਲਬ ਪੰਜਾਬ ਦਾ ਹੈਗਾ, ਮਤਲਬ ਪੰਜਾਬ ਦੀ ਮਿੱਟੀ ਨਾਲ ਜੋੜ ਕੇ ਮਤਲਬ ਖੇਲਣਾ। ਮਤਲਬ ਕਾਫੀ ਮਤਲਬ ਕਹਿ ਰਹੇ ਕਿ ਮਤਲਬ ਸਾਡੇ ਸਪੋਰਟ ਵੱਲੋਂ ਖੇਡੋ, ਮਤਲਬ ਸਟੇਟ ਵੱਲੋਂ, ਪਰ ਮੈਂ ਪੰਜਾਬ ਛੱਡਿਆ ਨਹੀਂ। ਸਰ ਚੱਕਣੇ ਚਾਹੀਦਾ ਕਿ ਪੈਰਾ ਗੇਮ ਸਰ ਇੰਡੀਆ ਮਤਲਬ ਸਾਈ ਸਪੋਰਟ ਕਰ ਰਹੀ ਹੈ, ਅਤੇ ਸਟੇਟ ਗੌਰਮੈਂਟ ਵੀ ਉਹਨੇ ਸਪੋਰਟ ਕਰ ਰਹੀ ਆ। ਮਤਲਬ ਹੋਰ ਦੱਸੋ, ਮਤਲਬ ਗੋਲਡ ਮੈਡਲ ਲੈ ਕੇ ਆ ਰਹੇ ਸਰ, 1 ਸਾਲ 4 ਸਾਲ ਤੋਂ ਲਗਾਤਾਰ ਕਰ ਰਹੇ। ਮਤਲਬ ਉਹਨੇ ਅਗਰ ਸਟੈਪ ਚੁੱਕੂਗੇ ਸਰ, ਅਗਰ ਮੈਂ ਦੂਜੀ ਸਟੇਟ ਚਲੇ ਜਾਊਂਗਾ, ਫਿਰ ਮਤਲਬ ਰੈਵੋਲੂਸ਼ਨ ਕਿੱਥੋਂ ਆਏਗਾ? ਮਤਲਬ ਟੈਲੈਂਟ ਸਰ ਪੰਜਾਬ ਤੋਂ ਜਾਏਗਾ ਫਿਰ ਸਪੋਰਟਸ ਲਈ। ਜਿਵੇਂ ਹਰਿਆਣਾ ਸਰ, ਹਰਿਆਣਾ ਨੂੰ ਓਵਰਆਲ ਟਰੋਫੀ ਮਿਲੀ ਆ, ਮਤਲਬ ਸਾਡੇ ਗੋਲ ਉਹਨਾਂ ਨੂੰ ਮਤਲਬ ਓਵਰਆਲ ਟਰੋਫੀ ਮਿਲੀ ਆ। ਹਰਿਆਣਾ ਦੀ ਸਰਕਾਰ ਖੁਦ ਸਪੋਰਟ ਕਰ ਰਹੀ ਆ, ਪਲੇਅਰ ਨੂੰ ਪ੍ਰੋਪਰ ਫੈਸਿਲਿਟੀਜ਼ ਆ, ਪ੍ਰੋਪਰ ਗੌਰਮੈਂਟ ਜੋਬ ਆ, ਮਤਲਬ ਉਹਨਾਂ ਦੀ ਫੈਮਿਲੀ ਵੀ ਸਪੋਰਟਿਵ ਆ। ਇੱਥੇ ਗੋਲਡ ਮੈਡਲ ਲੈ ਕੇ ਆਉਣ ਤੋਂ ਬਾਅਦ ਕੋਈ ਵੀ ਮਤਲਬ ਹੈਲਪ ਨਹੀਂ, ਕੋਈ ਵੀ ਮਤਲਬ ਸਪੋਰਟ ਨਹੀਂ ਆਈ ਸਰ ਵੱਲੋਂ। ਮਤਲਬ ਇਹ ਸੀਗਾ, ਸਾਨੂੰ ਪ੍ਰੋਪਰ ਕਿੱਟ ਦਿੱਤੀ ਗਈ ਆ, ਮਤਲਬ ਪ੍ਰੋਪਰ ਰਹਿਣਾ ਸਾਰਾ ਸਭ ਕੁਝ ਦਿੱਤਾ ਗਿਆ। ਪਰ ਜਦੋਂ ਮੈਂ ਇੰਟਰਨੈਸ਼ਨਲ ਵਗੈਰਾ ਖੇਡਣ ਜਾਣਾ, ਸਾਈ ਵੀ ਸਪੋਰਟ ਕਰਦੀ ਆ। ਹੁਣ ਚਲੋ ਕਹਿੰਦੇ ਕਿ ਮਤਲਬ ਓਲੰਪਿਕਸ ਜਾਓ, ਓਲੰਪਿਕਸ ਲਈ ਇਹਨਾਂ ਨੇ ਪੰਜਾਬ ਨੇ ਪੋਲਸੀ ਕੱਢੀ, ਓਲੰਪਿਕਸ ਲਈ, ਏਸ਼ੀਅਨ ਗੇਮਸ ਲਈ। ਸਰ ਏਸ਼ੀਅਨ ਗੇਮਸ, ਓਲੰਪਿਕਸ ਖੇਡਣ ਲਈ ਕੁਆਲੀਫਿਕੇਸ਼ਨ ਇੰਟਰਨੈਸ਼ਨਲ ਟੂਰਨਾਮੈਂਟ ਖੇਲਣੇ ਪੈਂਦੇ ਆ, ਪੁਆਇੰਟਸ ਬਣਾਉਣੇ ਪੈਂਦੇ ਆ। ਮਤਲਬ ਇਹਨਾਂ ਨੇ ਪੋਲਸੀ ਦਾ ਕੱਢਤੀ ਕਿ ਸਰ ਮਤਲਬ ਇੰਨਾ ਇੰਨਾ ਦੇਣਗੇ, ਇੰਨਾ ਪੈਸਾ ਦੇਣਗੇ, ਮਤਲਬ ਓਲੰਪਿਕ 'ਚ ਗੋਲਡ ਮੈਡਲ ਦਾ ਅਤੇ ਏਸ਼ੀਅਨ ਗੇਮਸ ਇੱਦਾਂ। ਸਰ ਉਹ ਉੱਤੇ ਪਹੁੰਚਣ ਲਈ ਸਰ ਮਤਲਬ ਵਰਲਡ ਲੈਵਲ ਦੇ ਟੂਰਨਾਮੈਂਟਸ ਖੇਲਣ ਨੂੰ ਚਾਹੀਦੇ, ਪਰ ਕੋਈ ਸਪੋਰਟ ਨਹੀਂ ਮਿਲੀ ਸਰ ਹਲੇ ਤੱਕ। ਤੋ ਕੀ ਅਪੀਲ ਕਰਨਾ ਚਾਹੋਗੇ? ਸਰ ਮੇਰੀ ਅਪੀਲ ਆ ਸਰ, ਮਤਲਬ ਸਭ ਕੁਝ ਪ੍ਰੂਵ ਕਰਤਾ ਹੁਣ ਸਰ ਤੁਹਾਡੇ ਸਾਹਮਣੇ ਹੀ ਆ। ਮਤਲਬ ਗੋਲਡ ਮੈਡਲ ਲੈ ਕੇ ਆ ਰਿਹਾ, ਹੁਣ ਇੰਨੇ ਮੈਡਲ, ਇਸ ਸਾਲ ਮਤਲਬ 7 ਮੈਡਲ ਲੈ ਕੇ ਆ ਗਏ, 4 ਵਾਰ ਇੰਡੀਆ ਚੈਂਪੀਅਨ ਬਣ ਗਏ ਇਸ ਸਾਲ 'ਚ, ਗੋਲਡ ਮੈਡਲ 4, ਇੰਟਰਨੈਸ਼ਨਲ ਮੇਰੇ 2 ਬਰੋਂਜ਼, 1 ਸਿਲਵਰ, 7 ਇੰਟਰਨੈਸ਼ਨਲ ਖੇਡਿਆ ਸਰ ਮੈਂ ਟੋਪ। ਮਤਲਬ ਆਪਣੇ ਏਸ਼ੀਆ 'ਚ ਮੇਰਾ 12th ਰੈਂਕ ਆ, ਵਰਲਡ ਰੈਂਕ ਮੇਰਾ ਟੋਪ 50 ਜਾਂਦਾ। ਇਕੱਲਾ ਪਲੇਅਰ ਇੰਡੀਆ 'ਚ ਜੋ ਮਤਲਬ ਫੋਰਨ 'ਚ ਮੇਰਾ ਨਾਮ ਆ, ਮਤਲਬ ਕੋਈ ਪਲੇਅਰ ਨਹੀਂ ਹੈਗਾ ਮੇਰੇ, ਇਕੱਲਾ ਮੈਨਸ ਕਲਾਸ 3 ਦਾ। ਸਰ ਹੋਰ ਮਤਲਬ ਕੀ ਪ੍ਰੂਫ ਕਰਾਂ ਸਰ?
ਤੋਂ ਵੱਡੀ ਤਾਂ ਕੁਛ ਨਹੀਂ, ਹੁਣ ਫੈਮਿਲੀ ਜਿੰਨੇ ਮੇਰੇ ਸਪੋਰਟ ਕਰ ਰਹੀ ਹੈ, ਮੇਰੇ ਫਰੈਂਡਸ ਕਰ ਰਹੇ ਆ, ਲੁਧਿਆਣਾ ਐਸੋਸੀਏਸ਼ਨ ਸਪੋਰਟ ਕਰਦੀ ਆ, ਬਾਕੀ ਮੇਰੇ ਦੋਸਤ ਕੈਨੇਡਾ ਰਹਿੰਦੇ ਹੈਗੇ ਉਹ ਸਪੋਰਟ ਕਰਦੇ ਆ, ਮੇਰੇ ਮਾਮੂ ਵਗੈਰਾ ਹੈਗੇ ਆ, ਮੇਰੀ ਫੈਮਿਲੀ ਸਪੋਰਟ ਕਰਦੀ, ਮੇਰੇ ਵੱਡੇ ਭਰਾ ਸਾਰੇ ਆ, ਮੇਰੇ ਐਲ ਪੀ ਯੂ ਕੋਈ ਸਥਾਨਕ MLA ਕੋਈ ਆਇਆ ਹੋਵੇ, ਜਿੱਦਾਂ ਅਸੀਂ ਦੇਖਿਆ ਵੀ ਅੱਜ ਤੁਸੀਂ ਜਿੱਤ ਕੇ ਆਇਓ, ਕੋਈ ਸਵਾਗਤ ਨਹੀਂ ਘਰ ਦੇ ਵਿੱਚ, ਤੋ ਇਸ ਗੱਲ ਦਾ ਮਲਾਲ ਵੀ ਹੈਗਾ ਮਨ ਦੇ ਵਿੱਚ ਕਿ? ਹਾਂਜੀ ਸਰ, ਬਹੁਤ ਆ, ਜਿਹੜੇ ਸਿਲਵਰ ਮੈਡਲ ਆਉਂਦੇ ਆ, ਜਿਹੜੇ ਬ੍ਰੋਂਜ਼ ਆਉਂਦੇ, ਉਹਨਾਂ ਨੂੰ ਪ੍ਰੋਪਰ ਸਪੋਰਟ ਮਿਲਦੀ ਆ, ਮਤਲਬ ਇੱਕ ਗੋਲਡ ਮੈਡਲ ਲੈ ਕੇ ਆ ਰਹੇ ਸਰ, ਮਤਲਬ ਪੰਜਾਬ ਦੇ ਮਤਲਬ ਖੇਲੋ ਇੰਡੀਆ ਦੇ 20 ਮੈਡਲ ਆਏ ਘੱਟੋ ਘੱਟ, ਉਹ 'ਚ 6-7 ਗੋਲਡ ਹੀ ਹੋਣੇ ਆ, ਪਰ ਮਤਲਬ ਮੈਂ ਗੋਲਡ ਮੈਡਲ ਵੀ ਲੈ ਕੇ ਆ, ਤਾਂ ਵੀ ਕੋਈ ਸਪੋਰਟ ਨਹੀਂ ਹੈਗੀ। ਐਕਸੀਡੈਂਟ ਹੋਇਆ ਸੀਗਾ, 8 ਸਾਲ ਹੋ ਜਾਣੇ ਹੈਗੇ, ਐਕਸੀਡੈਂਟ ਹੋਇਆ ਸੀ, ਪਹਿਲਾਂ ਤਾਂ ਬਿਲਕੁਲ ਠੀਕ ਸੀਗਾ, ਪਹਿਲਾਂ ਠੀਕ ਸੀ। ਹਾਂਜੀ, ਤੇ ਹੁਣ ਜਿੱਦਾਂ ਤੁਹਾਡਾ ਬੇਟਾ ਪੰਜਾਬ ਲਈ ਖੇਡਦਾ, ਕਿੰਨੇ ਸਾਰੇ ਮੈਡਲ ਲੈ ਕੇ ਆਇਆ ਹੁਣ ਤੱਕ, ਤੋ ਕਿਸੇ ਸਥਾਨਕ ਲੋਕਲ MLA ਤੱਕ ਮਤਲਬ ਕੋਈ ਆਇਆ ਹੁਣ ਤੱਕ? ਨਹੀਂ ਨਹੀਂ, ਕੋਈ ਵੀ ਨਹੀਂ ਆਇਆ, ਅਸੀਂ ਉਹਨਾਂ ਕੋਲ ਖੁਦ ਗਏ ਆ, ਬੇਟਾ ਮੇਰਾ ਵੀ ਖੁਦ ਗਿਆ ਵਾ, ਮੈਂ DS ਆਫਿਸ ਵੀ, ਕਚਹਿਰੀ ਵੀ, 3 ਵਾਰੀ ਦੀ ਫਾਈਲ ਜਮ੍ਹਾਂ ਕਰਵਾਈ ਆ, ਉਹ ਵੀ ਕਹਿੰਦੇ ਹਜੇ ਕੋਈ ਇੱਦਾਂ ਦੀ ਪੋਲਿਸੀ ਹੈ ਨਹੀਂ, ਕੁਛ ਨਹੀਂ ਹੈਗਾ ਵੀ, ਫਿਰ ਜੇ ਇਹਨੂੰ ਕੋਈ ਰਿਸਪੋਂਸ ਨਹੀਂ ਮਿਲੂ, ਫਿਰ ਸਾਨੂੰ ਦੂਜੀ ਕੰਟਰੀ ਵਾਲੇ ਦਾ ਕਰਨਾ ਪੈਣਾ ਹੈ, ਦੂਜੇ ਸੂਬੇ 'ਚ ਜਾਣਾ ਪਊਗਾ। ਹਾਂਜੀ ਹਾਂਜੀ। ਤੇ ਕਿੰਨੀ ਮਿਹਨਤ ਕਰਦਾ ਬੱਚਾ? ਇਹ ਤਾਂ ਦਿਨ ਰਾਤ ਹੁਣ ਇਹ ਸਾਡੇ ਸਾਹਮਣੇ ਜਿਸ ਤਰ੍ਹਾਂ ਸੀੜੀਆਂ 'ਚ ਚੜ੍ਹ ਕੇ ਆਇਆ ਵਾ, ਇਹਨੂੰ ਫਿਰ ਰੋਜ਼ ਇਹ ਉਤਾਰਦੇ ਆ, ਅਕੈਡਮੀ ਵੀ ਜਾਂਦਾ ਵਾ, ਘਰ ਵੀ ਟੇਬਲ ਰੱਖੇ, ਘਰ ਵੀ ਪ੍ਰੋਪਰ ਮਿਹਨਤ ਕਰ ਰਿਹਾ ਹੈ ਕਾ ਵਾ ਵੀ, ਹੁਣ ਵੀ ਇਹਨੇ ਜਾਣਾ ਸੀਗਾ ਸਟੇ, ਉੱਥੇ LPU 'ਚ ਵੀ ਇਹਨੇ 6-6-7-7 ਘੰਟੇ ਮਿਹਨਤ ਕੀਤੀ ਹੈ ਵੀ, ਇਹ ਬੱਚੇ ਦਾ ਪੂਰਾ ਸਾਥ ਦੇ ਰਹੇ ਆ, ਸਾਰੇ ਜਣੇ ਦੇ ਨਾਲ ਘਰ ਆ ਕੇ ਖੇਡਦੇ ਆ, ਇਹਨੂੰ ਅਕੈਡਮੀ ਵੀ ਲੈ ਕੇ ਜਾਂਦੇ ਆ, ਪਰ ਸਾਨੂੰ ਗਵਰਨਮੈਂਟ ਵੱਲੋਂ ਅੱਜ ਤੱਕ, ਮੈਂ ਬਹੁਤ ਵੱਲੋਂ ਜਾ ਚੁੱਕੀ ਹਾਂ, ਪਰ ਮੈਨੂੰ ਕਿਸੇ ਨੇ ਪੰਜਾਬ ਸਰਕਾਰ ਵੱਲੋਂ ਕੋਈ ਕੁਛ ਨਹੀਂ ਕੀਤਾ। ਕੀ ਅਪੀਲ ਕੀ ਕਰਨਾ ਚਾਹੋਗੇ ਖੇਡ ਮੰਤਰੀ ਨੂੰ ਖਾਸ ਤੌਰ ਤੇ? ਇਹਨੂੰ ਕੋਈ ਜੋਬ ਵਗੈਰਾ ਅੱਛੀ ਦਿੱਤੀ ਜਾਵੇ, ਜਿੱਦਾਂ ਬਾਹਰ ਜਾਂਦਾ ਤਾਂ ਖਰਚਾ ਕੀਤਾ ਜਾਵੇ ਸਾਰਾ, ਅਸੀਂ ਵੀ ਮਿਡਲ ਫੈਮਿਲੀ ਆ, ਅਸੀਂ ਇੰਨਾ ਕਿੱਥੋਂ ਕਰ ਸਕਦੇ ਹੈਗੇ, ਮੁਸ਼ਕਿਲ ਹੁੰਦੀ ਹੈਗੀ। ਸ਼ੁਭਮ ਦੀ ਮਾਤਾ ਪੂਨਮ ਨੇ ਵੀ ਪੰਜਾਬ ਸਰਕਾਰ ਅਤੇ ਖੇਡ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜੋ ਬੱਚਾ ਮਿਹਨਤੀ ਹੈ ਅਤੇ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰ ਰਿਹਾ ਹੈ, ਉਸ ਦਾ ਸਾਥ ਸਰਕਾਰ ਨੂੰ ਜ਼ਰੂਰ ਦੇਣਾ ਚਾਹੀਦਾ ਹੈ। ਹੋਰਨਾਂ ਸੂਬਿਆਂ ਵਿੱਚ ਖਿਡਾਰੀਆਂ ਲਈ ਬਹੁਤ ਵਧੀਆ ਪਾਲਿਸੀਆਂ ਨੇ, ਪਰ ਪੰਜਾਬ ਵਿੱਚ ਨਹੀਂ, ਇਸ ਨਾਲ ਖਿਡਾਰੀ ਦਾ ਮਨੋਬਲ ਡਿੱਗਦਾ ਹੈ। ਸੋ ਲੋੜ ਹੈ ਕਿ ਪੰਜਾਬ ਸਰਕਾਰ ਅਜਿਹੇ ਖਿਡਾਰੀਆਂ ਦੀ ਬਾਹ ਫੜੇ ਜੋ ਖੁਦ ਮਿਹਨਤ ਕਰਕੇ ਆਪਣਾ ਅਤੇ ਸੂਬੇ ਦਾ ਨਾਮ ਦੇਸ਼ ਦੁਨੀਆ ਵਿੱਚ ਰੋਸ਼ਨ ਕਰ ਰਹੇ ਨੇ। ਲੁਧਿਆਣਾ ਤੋਂ ਵਰਿੰਦਰ ਸਿੰਧ ਦੀ ਰਿਪੋਰਟ, ETV ਭਾਰਤ।